ਕੋਰੋਨਾ ਵਾਇਰਸ ਦੇ ਹੁਣ ਖੁੱਲ੍ਹ ਕੇ ਹਿੰਦੂ ਮੁਸਲਿਮ ਵੀ ਹੋਣ ਲੱਗਾ ਹੈ ਅਤੇ ਕੋਰੋਨਾ ਦਾ ਕੇਂਦਰ ਬਿੰਦੂ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਨੂੰ ਦੱਸ ਮੀਡੀਆ ਦਾ ਇੱਕ ਵੱਡਾ ਹਿੱਸਾ ਇਸ ਦੀ ਜ਼ਿੰਮੇਵਾਰੀ ਸਿਰਫ ਇੱਕ ਧਰਮ ਵਿਸ਼ੇਸ਼ ਉੱਪਰ ਪਾਉਣ ਉੱਪਰ ਉਤਾਰੂ ਹੈ। ਕੋਰੋਨਾ ਜਿਹਾਦ, ਜਮਾਤ ਦਾ ਅਕਾਤ, ਪਤਾ ਨਹੀਂ ਕੀ ਨਾਮ ਦਿੱਤੇ ਜਾ ਰਹੇ ਨੇ। ਮੁਲਕ ਵਿੱਚ ਫਿਰਕੂ ਭਾਂਬੜ ਭੜਕਾਉਣ ਵਿੱਚ ਮਾਹਿਰ ਕੁਝ ਮੀਡੀਆ ਅਦਾਰਿਆਂ ਦੇ ਨਿਸ਼ਾਨੇ ਉੱਪਰ ਹੁਣ ਮੁਸਲਿਮ ਧਰਮ ਹੈ। ਅਸਲ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਤਲਬਗਾਹੀ ਜਮਾਤ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੇ ਨਾਲ ਨਾਲ ਕਈ ਵਿਦੇਸ਼ੀ ਇਸਲਾਮ ਦੇ ਪ੍ਰਚਾਰਕ ਵੀ ਪਹੁੰਚੇ। ਨਿਜ਼ਾਮੂਦੀਨ ਬਾਰੇ ਅਸਲ ਵਿੱਚ ਖੁਲਾਸਾ ਉਸ ਵੇਲੇ ਹੋਇਆ ਜਦੋਂ ਤੇਲੰਗਾਨਾ ਵਿੱਚ ਇੱਕ ਤੋਂ ਬਾਅਦ ਇੱਕ 5 ਤੋਂ 6 ਮੌਤਾਂ ਹੋ ਗਈਆਂ। ਇਹ ਸਾਰੇ ਕੋਰੋਨਾ ਪੋਜ਼ਿਟਿਵ ਕੇਸ ਸਨ ਤੇ ਨਾਲ ਹੀ ਜੰਮੂ ਕਸ਼ਮੀਰ ਤੋਂ ਵੀ ਇੱਕ ਮੌਤ ਦਾ ਮਾਮਲਾ ਸਾਹਮਣੇ ਆਇਆ। ਸਾਰੇ ਮਰਨ ਵਾਲੇ ਤਲਬਗਾਹੀ ਜਮਾਤ ਨਾਲ ਹੀ ਵਾਬਸਤਾ ਸਨ ਅਤੇ ਸਭ ਨਿਜ਼ਾਮੂਦੀਨ ਵਿੱਚ ਹੋਏ ਇਸ ਸਮਾਗਮ ਵਿੱਚ ਸ਼ਰੀਕ ਹੋਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਨਿਜ਼ਾਮੂਦੀਨ ਇਲਾਕੇ ਵਿੱਚ ਹੋਏ ਇਸ ਮਰਕਜ਼ ਦੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ। ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜਿਆ ਤਾਂ ਟੈਸਟ ਵਿੱਚ ਰਿਪੋਰਟਾਂ ਪੋਜ਼ਿਟਿਵ ਆਉਣ ਲੱਗੀਆਂ। ਬਸ ਫਿਰ ਕੀ ਸੀ, ਮੁਲਕ ਦੇ ਮੀਡੀਆ ਦੇ ਉਸ ਹਿੱਸੇ ਨੇ ਇਸਲਾਮ ਨੂੰ ਨਿਸ਼ਾਨਾ ਬਣਾਉਂਦਿਆਂ ਆਪਣੇ ਉਹੀ ਰੱਟੇ ਰਟਾਏ ਤਕੀਏ ਕਲਾਮ ਚੁੱਕ ਲਏ ਅਤੇ ਮੁਲਕ ਵਿੱਚ ਕੋਰੋਨਾ ਫੈਲਾਉਣ ਦੀ ਜ਼ਿੰਮੇਵਾਰੀ ਸਿਰਫ ਉਹਨਾਂ ਦੇ ਸਿਰ ਹੀ ਪਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਹ ਸਮਾਗਮ ਬਕਾਇਦਾ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਹੋਇਆ। ਜਿਸ ਵੇਲੇ ਹੋਇਆ ਉਸ ਵੇਲੇ ਮੁਲਕ ਵਿੱਚ ਲਾਕਡਾਊਨ ਨਹੀਂ ਸੀ, ਕਰਫਿਊ ਨਹੀਂ ਸੀ। ਮੀਡੀਆ ਸਾਰਾ ਠੀਕਰਾ ਇੱਕ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਉਸਦੇ ਸਿਰ ਹੀ ਪੜ ਰਿਹਾ ਹੈ। ਹਾਲਾਂਕਿ ਜ਼ਿੰਮੇਵਾਰੀ ਤੇ ਜਵਾਬਦੇਹੀ ਤਾਂ ਪ੍ਰਸ਼ਾਸਨ ਦੀ ਵੀ ਬਣਦੀ ਹੈ ਕਿ ਇੱਕ ਥਾਂ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਤਾਂ ਉਸ ਵੇਲੇ ਪ੍ਰਸ਼ਾਸਨ ਕਿੱਥੇ ਸੀ। ਸਿਸਟਮ ਨੂੰ ਪੂਰੀ ਤਰ੍ਹਾਂ ਕਲੀਨ ਜਿੱਟ ਦੇ ਮੀਡੀਆ ਸਿਰਫ ਇੱਕ ਧਰਮ ਵਿਸ਼ੇਸ਼ ਦੁਆਲੇ ਹੀ ਹੋ ਗਿਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁਸਲਿਮ ਸਮਾਜ ਸਿਰ ਕੋਰੋਨਾ ਦੀ ਜ਼ਿੰਮੇਵਾਰੀ ਪਾਉਣ ਦਾ ਗੰਭੀਰ ਨੋਟਿਸ ਲਿਆ ਹੈ। ਉਹਨਾਂ ਨੇ ਟਵੀਟ ਕਰਕੇ ਇਸ ਤਰ੍ਹਾਂ ਇੱਕ ਧਰਮ ਨੂੰ ਬਦਨਾਮ ਕਰਨ ਤੋਂ ਵਰਜਿਆ ਹੈ। ਇਹਨਾਂ ਫਿਰਕਾ ਪ੍ਰਸਤੀ ਦੇ ਠੇਕੇਦਾਰਾਂ ਨੂੰ ਕੇਰਲਾ ਦੀ ਡਾਕਟਰ ਸ਼ਾਫੀਆ ਐ ਮੁਹੰਮਦ ਤੋਂ ਸਿੱਖਣ ਦੀ ਲੋੜ ਹੈ, ਇਹ ਵੀ ਮੁਸਲਮਾਨ ਹੈ। ਦੁਬਈ ਦੇ ਇੱਕ ਨਾਮੀ ਬਿਜ਼ਨਸਮੈਨ ਨਾਲ ਉਸਦਾ ਨਿਕਾਹ ਹੋਣਾ ਸੀ ਪਰ ਸ਼ਾਫੀਆ ਨੇ ਆਪਣੇ ਵਿਆਹ ਨੂੰ ਟਾਲ ਦਿੱਤਾ ਹੈ ਅਤੇ ਦਿਨ ਰਾਤ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਵਿੱਚ ਲੱਗੀ ਹੈ। ਉਸਦਾ ਕਹਿਣਾ ਕਿ ਵਿਆਹ ਤਾਂ ਬਾਅਦ ਵਿੱਚ ਵੀ ਹੋ ਜਾਵੇਗਾ, ਇਸ ਵੇਲੇ ਮਰੀਜ਼ਾਂ ਨੂੰ ਮੇਰੀ ਵੱਧ ਲੋੜ ਹੈ। ਇਸ ਮੁਸਲਿਮ ਡਾਕਟਰ ਬਾਰੇ ਇਸ ਮੀਡੀਆ ਦਾ ਕੀ ਵਿਚਾਰ ਹੈ ਜੋ ਪਹਿਲਾਂ ਹੀ ਕੋਰੋਨਾ ਕਰਕੇ ਸਤਾਏ ਮੁਲਕ ਵਾਸੀਆਂ ਦੀਆਂ ਰਗਾਂ ਵਿੱਚ ਫਿਰਕੂ ਜ਼ਹਿਰ ਦੇ ਟੀਕੇ ਲਗਾ ਰਹੇ ਨੇ? ਇਹ ਆਪਣੀ ਆਦਤ ਤੋਂ ਮਜਬੂਰ ਹਨ। ਇੱਕ ਖਾਸ ਸੋਚ ਨੂੰ ਉਭਾਰਨਾ ਇਹਨਾਂ ਦਾ ਏਜੰਡਾ ਹੋ ਸਕਦਾ ਹੈ, ਪਰ ਪੱਤਰਕਾਰਤਾ ਦੀਆਂ ਕਦਰਾਂ ਕੀਮਤਾਂ ਨੂੰ ਪਹਿਲਾਂ ਹੀ ਤਿਲਾਂਜਲੀ ਦੇ ਚੁੱਕੇ ਇਹਨਾਂ ਮੀਡੀਆ ਅਦਾਰਿਆਂ ਨੂੰ ਇਸ ਵਿਪਤਾ ਦੀ ਘੜੀ ਵਿੱਚ ਕੁਝ ਸੰਕੋਚ ਰੱਖਣਾ ਚਾਹੀਦਾ। ਇਹ ਵੇਲਾ ਹਿੰਦੂ ਮੁਸਲਮਾਨ ਕਰਨ ਦਾ ਨਹੀਂ, ਬਲਕਿ ਮੁਲਕ ਇੱਕ ਵੱਡੀ ਸਮੱਸਿਆ ਸਾਹਮਣੇ ਖੜਾ ਹੈ। ਮੁਲਕ ਵਿੱਚ ਕੋਰੋਨਾ ਲਿਆਉਣ ਦੀ ਜ਼ਿੰਮੇਵਾਰੀ ਇੱਕ ਧਰਮ ਉੱਪਰ ਹੀ ਪਾ ਦੇਣਾ ਕਿਸੇ ਵੀ ਪੱਖੋਂ ਤਰਕਸੰਗਤ ਨਹੀਂ। ਜਿਵੇਂ ਕਿ ਪੰਜਾਬ ਵਿੱਚ ਸਾਰੀ ਜ਼ਿੰਮੇਵਾਰੀ ਬਲਦੇਵ ਸਿੰਘ ਸਿਰਪਾ ਪ੍ਰਸ਼ਾਸਨ ਨੂੰ ਹਰੀ ਝੰਡੀ ਦਿੱਤੀ ਗਈ, ਜਦਕਿ ਪ੍ਰਸ਼ਾਸਨ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਅਤੇ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।